ਦੱਖਣ-ਪੱਛਮ ਮੌਨਸੂਨ ਨੇ ਮੁੰਬਈ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਦਸਤਕ ਦੇ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬੀਤੀ ਰਾਤ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ ਅਤੇ ਕਈ ਥਾਵਾਂ ਤੇ ਹੜਵਰਗੀ ਸਥਿਤੀ ਬਣੀ ਹੋਈ ਹੈ। ਭਾਰੀ ਬਾਰਿਸ਼ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਸੂਬੇ ਵਿੱਚ ਕਈ ਰਹਾਇਸ਼ੀ ਇਮਾਰਤਾਂ ਤੇ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਸੂਚਨਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਬਾਰਿਸ਼ ਨਾਲ ਜ਼ਮੀਨ ਖਿਸਣ ਦੀ ਵੀ ਸੂਚਨਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਵਿੱਚ ਭਾਰੀ ਬਾਰਿਸ਼ ਅਤੇ ਬੱਦਲ ਫਟਣ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਨੇ। ਪੰਡੋ ਮੰਡੀ ਰਾਜਮਾਰਗ 4 ਮੀਲ ਤੋਂ 7 ਮੀਲ ਵਿਚਕਾਰ ਕਾਫੀ ਥਾਵਾਂ ਤੇ ਟਿਗਾਂ ਡਿਗਣ ਕਾਰਨ ਰਾਹ ਬੰਦ ਹੋ ਚੁੱਕਾ ਹੈ ਜਿਸ ਨੂੰ ਖੁੱਲਣ ਵਿੱਚ ਅਜੇ ਕਾਫੀ ਸਮਾਂ ਲੱਗੇਗਾ ਉਥੇ ਇਕਵਾਨ ਤੋਂ ਅੱਗੇ ਪ੍ਰਾਸ਼ਰ ਨੂੰ ਜਾਣ ਵਾਲੀ ਸੜਕ ਤੇ ਬਣਿਆ ਹੋਇਆ ਬਾਗੀ ਪੁਲ ਬੱਦਲ ਫਟਣ ਕਾਰਨ ਬੰਦ ਹੋ ਗਿਆ ਬੱਦਲ ਫਟਣ ਕਾਰਨ ਪਹਾੜ ਤੋਂ ਅਚਾਨਕ ਸਾਰਾ ਪਾਣੀ ਸੜਕ ਤੇ ਆ ਗਿਆ। ਪ੍ਰਾਸ਼ਰ ਤੋਂ ਆ ਰਹੀ ਚੰਬਾ ਦੇ ਵਿਦਿਆਰਥੀਆਂ ਦੀ ਇੱਕ ਬੱਸ ਅਤੇ ਕਈ ਮੋਟਰ ਗੱਡੀਆਂ ਇਸ ਰਾਤ ਤੇ ਫਸੀਆਂ ਰਹੀਆਂ। ਹਾਲਾਂਕਿ ਰਾਹਤ ਵਾਲੀ ਖਬਰ ਇਹ ਹੈ ਕਿ ਮੰਡੀ ਜੋਗਿੰਦਰਨਗਰ ਰਾਸ਼ਟਰੀ ਹਾਈਵੇ ਤੇ ਜਿਹੜਾ ਰਾਬ ਬੰਦ ਸੀ ਉਹ ਫਿਲਹਾਲ ਖੁੱਲ ਗਿਆ ਹੈ।